ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਟਰਾਲੀ ਹਲ ਤਵੀਆਂ ਕਾਰ ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆ ਆਪਣੇ ਚੈਨਲ ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਤੇ ਨਾਲ ਹੀ ਲੋੜੀ ਦੀ ਜਾਣਕਾਰੀ ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ ਇਹ ਸਾਰੀ ਜਾਣਕਾਰੀ ਇਸ ਨੰਬਰ ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਬਿਲਕੁਲ ਫ੍ਰੀ ਚ ਐਡ ਲਾਈ ਜਾਵੇਗੀ ਕੋਈ ਕਮਿਸ਼ਨ ਨਹੀਂ ਅੱਜ ਆਪਾਂ ਸੇਲ ਵਿੱਚ ਲੈ ਕੇ ਆਏ ਆ ਸਵਰਾਜ 855 ਐਫੀ ਟਰੈਕਟਰ ਹੈ ਸਵਰਾਜ 735 ਐਫੀ ਟਰੈਕਟਰ ਹੈ ਸਵਰਾਜ 744 ਐਫੀ ਟਰੈਕਟਰ ਹੈ ਤੇ ਇਸ ਵੀਰ ਦੇ ਸਾਰੇ ਸੰਦ ਨੇ ਹੁਣ ਤੁਹਾਨੂੰ ਸਵਰਾਜ 855 ਐਫੀ ਟਰੈਕਟਰ ਦਿਖਾ ਰਹੇ ਆ ਇਹ ਟਰੈਕਟਰ 2018 ਮਾਡਲ ਹੈ ਸ਼ੋਅਰੂਮ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ オリジナル ਟਰੈਕਟਰ ਹੈ ਵਧੀਆ ਸ਼ਾਈਨਿੰਗ ਦੇ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਟਰੈਕਟਰ ਦੇ ਬਾਡੀ ਚੈਸੀ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਇਹ ਟਰੈਕਟਰ ਡਬਲ ਕਲਚ ਹੈ ਪਾਵਰ ਸਟੀering ਪਾਵਰ ਬ੍ਰੇਕ ਸੈਂਟਰ ਗੇਅਰ ਰਿਵਰਸ ਪੀਟੀਓ ਦੇ ਨਾਲ ਹੈ ਟਰੈਕਟਰ ਤੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ ਹਰਿਆਣਾ ਨੰਬਰ ਟਰੈਕਟਰ ਹੈ ਬਹੁਤ ਹੀ ਘੱਟ 500 ਘੰਟੇ ओरिजिनल ਚੱਲਿਆ ਹੋਇਆ ਟਰੈਕਟਰ ਹੈ ਇਕਦਮ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਕਿਤੇ ਕੋਈ ਲੀਕਿੰਗ ਵਗੈਰਾ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਦੇ ਨਾਲ ਦੇ ਟਾਇਰ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਆ 90 ਪੈਸੇ ਹੈ ਚਾਰੇ ਟਾਇਰਾਂ ਹੀ ਸੇਮ ਕੰਡੀਸ਼ਨ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਇਹ ਟਰੈਕਟਰ ਦਾ ਪਿੰਡ ਨਿਹਾਲਗੜ੍ਹ ਜ਼ਿਲ੍ਹਾ ਸੰਗਰੂਰ ਏਰੀਆ ਜਿੱਥੇ ਇਹ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 5,90,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਦੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਆ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਸਕੇ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਨਾ ਹੀ ਰੇਟ ਦੱਸਿਆ ਕਰਨਾ ਜਿੰਨੇ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੀਟ ਆਉਂਦੀ ਹੈ ਮੈਸੇਜ ਆਉਂਦੇ ਹੈ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਹੈ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰਨਾ ਹੁਣ ਤੁਹਾਨੂੰ ਸਵਰਾਜ 744 FE ਟਰੈਕਟਰ ਤੇ ਇਸੇ ਵੀਰ ਦੇ ਹੋਰ ਸਾਰੇ ਸੰਦ ਦਿਖਾ ਰਹੇ ਹਾਂ ਇਹ ਟਰੈਕਟਰ 2007 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ オリジナル ਟਰੈਕਟਰ ਹੈ ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਟਰੈਕਟਰ ਦੇ ਬਾਡੀ 'ਚ ਅਸੀਂ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਐ। ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਐ। ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਐ। ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ। ਹੁਣ ਤੁਹਾਨੂੰ ਡਬਲ ਟਾਇਰ ਵਾਲੀ ਟਰਾਲੀ ਦਿਖਾ ਰਹੇ ਆ। ਇਹ ਟਰਾਲੀ ਦਾ ਸਾਈਜ਼ 11 ਫੁੱਟ ਲੰਬੀ ਐ, 6.5 ਫੁੱਟ ਚੌੜੀ ਐ, 2.5 ਫੁੱਟ ਬਾਡੀ ਐ। ਟਰਾਲੀ ਦੇ ਜੈਕ ਲੱਗਾ ਹੋਇਆ ਐ। ਟਰਾਲੀ ਦੇ ਸਾਫ਼ ਬੇਦਾਗ ਪੱਕੇ ਟਾਇਰ ਲੱਗੇ ਹੋਏ ਐ। ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ 40 45 ਪੈਸੇ ਐ ਚਾਰੇ ਟਾਇਰਾਂੇ ਸੇਮ ਕੰਡੀਸ਼ਨ ਐ ਹੁਣ ਤੁਹਾਨੂੰ ਹਾਲ ਦਿਖਾ ਰਹੇ ਹਾਂ 11 ਹਾਲ ਐ ਵਧੀਆ ਸੁੱਧ ਚੱਲਦੇ ਨੇ 8 ਫੁੱਟ ਸਾਈਜ਼ ਦਾ ਕਰਾਹਾ ਐ ਵਧੀਆ ਸੁੱਧ ਕਰਾਹਾ ਐ ਹੁਣ ਤੁਹਾਨੂੰ ਤਵੀਆਂ ਦਿਖਾ ਰਹੇ ਹਾਂ 14 ਤਵੀਆਂ ਨੇ ਵਧੀਆ ਸੁੱਧ ਚੱਲਦੀਆਂ ਨੇ ਤਵੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਝੋਨੇ ਦੇ ਖਰਚੇ ਵਧਣ ਵਾਲਾ ਕੱਟ ਰਿਹਾ ਐ 5 ਫੁੱਟ ਸਾਈਜ਼ ਦਾ ਕਟਰ ਹੈ ਵਧੀਆ ਸੁਧ ਹਾਲਤ ਵਿੱਚ ਚੱਲਦਾ ਹੈ ਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੁਹਾਨੂੰ ਸ਼ਕਤੀਮਾਨ ਰੋਟਾਵੇਟਰ ਦਿਖਾਏ ਇਹ ਸੇ ਬੀਰ ਕੋਲੀ ਇਹ ਸਾਰੇ ਸੰਦ ਨੇ ਜੋ ਬਕਾਊ ਨੇ ਇਹ ਬੀਰ ਦਾ ਏਰੀਆ ਪਿੰਡ ਬਾਠ ਸਹਿਵਾ ਜ਼ਿਲ੍ਹਾ ਪਠਾਨਕੋਟ ਹੈ ਮਾਲਕ ਵੀਰਾਂ ਵੱਲੋਂ ਸਾਰੇ ਸੰਦਾਂ ਦੀ ਡਿਮਾਂਡ ਰੱਖੀ ਗਈ ਹੈ 5,95,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰ ਦੇ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਇਹਨਾਂ ਸੰਦਾਂ ਨੂੰ ਖਰੀਦ ਸਕਦੇ ਹੋ ਹੁਣ ਤੁਹਾਨੂੰ ਸਵਰਾਜ 735 ਐਫੀ ਟਰੈਕਟਰ ਦਿਖਾ ਰਹੇ ਹਾਂ ਇਹ ਟਰੈਕਟਰ 1986 ਮਾਡਲ ਹੈ ਵਧੀਆ ਹਾਲਤ ਵਿੱਚ ਟਰੈਕਟਰ ਖੜਾ ਹੈ ਇਹ ਟਰੈਕਟਰ ਸਿੰਗਲ ਕਲੱਚ ਹੈ ਸਿੰਪਲ ਸਟੀਅਰਿੰਗ ਸਿੰਪਲ ਬ੍ਰੇਕ ਸੈਂਟਰ ਗੇਅਰ ਦੇ ਨਾਲ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 20 ਪੈਸੇ ਹੈ ਚਾਰੇ ਟਾਇਰਾਂ ਹੀ ਸੇਮ ਕੰਡੀਸ਼ਨ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਹੈ ਇਹ ਟਰੈਕਟਰ ਦਾ ਫਗਵਾੜਾ ਏਰੀਆ ਹੈ ਜਿੱਥੇ ਇਹ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 80000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਦ ਖਰੀਦਣ ਜਾਂ ਵੇਚਣ ਵਿੱਚ ਅਸਾਨੀ ਮਿਲ ਸਕਦੀ ਹੈ ਥੈਂਕ ਯੂ